ਗਏ ਸੀ ਅਤੇ ਨਹਾਉਣ ਧੋਣ, ਅਤੇ ਬਾਅਦ ਦੇ ਵਿੱਚ ਮਤਲਬ ਕਿ ਸਾਨੂੰ ਇੱਥੋਂ ਫੋਨ ਗਿਆ ਤੁਹਾਡੀ ਝੁੱਗੀ ਨੂੰ ਅੱਗ ਲੱਗ ਗਈ ਆ। ਅਤੇ ਗੁੜ ਦਾ ਕੰਮ ਸੀ ਮੇਰਾ, ਗੁੜ ਵਾਲਾ ਵੀ ਇੰਨਾ ਸੀ ਵੱਡਾ। ਹਾਂਜੀ, ਮੈਨੂੰ 10-12 ਸਾਲ ਹੋ ਗਏ ਉੱਥੇ। ਨੁਕਸਾਨ ਸਾਡਾ 2 ਲੱਖ ਦਾ ਤਕਰੀਬਨ ਹੋ ਗਿਆ, ਲੈ ਗਏ ਆ ਕੁਛ ਸਮਾਨ ਅਤੇ ਕੁਛ ਇੱਥੇ ਮਤਲਬ ਲੱਗ ਗਿਆ। ਆਪਣੀ ਰੋਟੀ ਕਮਾਉਂਦੇ ਆ ਤੇ ਖਾਂਦੇ ਸੀ ਨਹੀਂ। ਹਾਂਜੀ, ਅੱਗੇ ਵੀ ਇੱਕ ਵਾਰ ਵਾਰਦਾਤ ਹੋਈ ਇਹਨਾਂ ਤੇ, ਉਦੋਂ ਇਹਨਾਂ ਦਾ ਸਿਰ ਪਾੜ ਦਿੱਤਾ, ਬਹੁਤ ਸੱਟਾਂ ਲਾਈਆਂ। ਹਾਂਜੀ, ਉਦੋਂ ਵੀ ਸੁਣਾਈ ਨੀ ਕੀਤੀ ਇਹਨਾਂ ਕੋਈ ਵੀ, ਨਾ ਪਤਾ ਨੀ ਲੱਗਦਾ। ਕੰਮ ਬਹੁਤ ਜ਼ਿਆਦਾ ਹੋਇਆ ਵਾ, ਬਹੁਤ ਚੀਜ਼ਾਂ ਸੀ, ਗੁੜ ਸੀ ਤੇ ਆਪਣੇ ਬਿਸਤਰੇ ਜੋ ਵੀ। ਹਾਂਜੀ ਹਾਂਜੀ, ਦੋਨੋਂ ਇੱਥੇ ਹੋਈਦਾ ਸੀ। ਤੂੰ ਇੱਥੇ ਪੜਾ ਹੀ ਪਿਆ ਕੁ ਹੁੰਦਾ ਵਾ, ਤੇ ਅਸੀਂ ਫਿਰ ਆਖੀ ਕਰਨ ਲੱਗ ਪਏ ਆਪਣੇ। ਦਲਵੀਰ ਸਿੰਘ, ਦੇਖੋ ਜੀ ਅਸੀਂ ਰੋਟੀ ਖਾਣ ਗਏ ਸੀ ਅਤੇ ਨਹਾਉਣ ਧੋਣ, ਅਤੇ ਬਾਅਦ ਦੇ ਵਿੱਚ ਮਤਲਬ ਕਿ ਸਾਨੂੰ ਇੱਥੋਂ ਫੋਨ ਗਿਆ ਤੁਹਾਡੀ ਝੁੱਗੀ ਨੂੰ ਅੱਗ ਲੱਗ ਗਈ ਆ, ਸਾਨੂੰ ਨਹੀਂ ਪਤਾ ਮਤਲਬ ਕਿ ਇੱਥੇ ਗੁੜ ਦਾ ਕੰਮ ਸੀ ਮੇਰਾ, ਗੁੜ ਵਾਲਾ ਵੀ ਇੰਨਾ ਸੀ ਵੱਡਾ। ਹਾਂਜੀ, ਮੈਨੂੰ 10-12 ਸਾਲ ਹੋ ਗਏ ਉੱਥੇ, ਤੋਂ ਫੋਨ ਕੀਤਾ। ਹਾਂਜੀ, ਨੁਕਸਾਨ ਸਾਡਾ 2 ਲੱਖ ਦਾ ਤਕਰੀਬਨ ਹੋ ਗਿਆ, ਲੈ ਗਏ ਆ ਕੁਛ ਸਮਾਨ ਅਤੇ ਕੁਛ ਇੱਥੇ ਮਤਲਬ ਲੱਗ ਗਿਆ। ਕੰਮ ਕਰਦਿਆਂ ਨੂੰ ਇੱਥੇ ਹੋ ਗਿਆ 12 ਸਾਲ ਹੋ ਗਏ ਆ ਇੱਥੇ। ਹਾਂਜੀ, ਬਾਹਰ ਲੱਗ ਗਿਆ ਗੁਆਂਢੀ ਆ, ਇਹਨਾਂ ਨੂੰ ਪੁੱਛ ਲਓ। ਮੇਰਾ ਨਾਮ ਬਲਵਿੰਦਰ ਸਿੰਘ ਗਿੱਲ, ਇਹਨਾਂ ਨੇ 10-12 ਸਾਲ ਤੋਂ ਜਿਹੜਾ ਵਾ ਇੱਥੇ ਵੇਲਣਾ ਲਾਇਆ ਹੋਇਆ ਸੀ, ਝੁੱਗੀ ਬਣਾਈ ਹੋਈ ਸੀ ਅਤੇ ਗੁੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇੱਥੇ। ਅਤੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇੱਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ, ਅਤੇ ਕੱਲ੍ਹ ਜਿਹੜਾ ਕਰੀਬ 9:45 ਜਿਹੜਾ ਸੀ ਉਹ ਇੱਥੋਂ ਗਏ ਆ। ਥੋੜ੍ਹੀ ਦੂਰੀ 'ਤੇ ਸਾਡਾ ਪਿੰਡ ਪੈਂਦਾ ਵਾ ਜੀ, 1 ਕਿਲੋਮੀਟਰ 'ਤੇ, ਰੋਟੀ ਖਾਣ ਵਾਸਤੇ ਗਏ, ਮਾਤਾ ਨਹਾਉਣ ਲੱਗ ਪਈ ਆ। ਅਤੇ ਇੱਧਰੋਂ ਫਿਰ ਗੁਆਂਢੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸੰਨ ਦੇ ਵਿੱਚੋਂ ਜਿਹੜਾ ਵਾ ਉਹ ਅੱਗ, ਉਹ ਸਮਾਨ ਵੀ ਲੈ ਗਏ ਆ ਜਾਪਦਾ ਅਤੇ ਸਾਨੂੰ ਅੱਗ ਲੱਗ ਗਈ ਆ, ਬਹੁਤ ਜ਼ਿਆਦਾ ਮਤਲਬ ਅੱਗ ਬਣ ਰਹੀ ਆ। ਅਤੇ ਇਹ ਫਿਰ ਫੋਨ ਉਹਨਾਂ ਦਾ ਅਟੈਂਡ ਕਰਕੇ ਅਤੇ ਉਸੇ ਵੇਲੇ ਜਲਦੀ ਜਲਦੀ ਮੇਰਾ ਬ੍ਰਦਰ ਅਤੇ ਮੇਰਾ ਜਿਹੜਾ ਇਹ ਫਾਦਰ ਵਾ ਅਤੇ ਕੁਝ ਗੁਆਂਢੀ ਵੀ ਇੱਥੇ ਆਏ ਆ, ਅਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ। 2 ਕੁ ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮ। ਇਹ ਜਿਹੜਾ ਸੀ ਗੁੜ ਸੀ ਨਾ ਇੱਥੇ, ਹੁਣ ਜਿਹੜਾ ਸੀ ਗੁੜ ਬਣਾ ਕੇ ਮਤਲਬ ਰੱਖਿਆ ਸੀ ਇਹਨਾਂ ਨੇ, 2 ਕੁਇੰਟਲ ਗੁੜ ਸੀ, ਕੁਝ ਬਿਸਤਰੇ ਸੀ, ਕੁਝ ਹੋਰ ਸਮਾਨ ਵੀ ਹੈਗਾ ਜੀ। ਭਾਜੀ ਮੇਰਾ ਨਾਮ ਦੱਸ ਦਿਓ। ਕੁਲਦੀਪ ਸਿੰਘ ਜੀ। ਸਰ ਕੀ ਘਟਨਾ ਹੋਈ? ਘਟਨਾ ਇੱਦਾਂ ਹੋਈ ਆ ਵੀ ਇਹ ਰੋਟੀ ਖਾਣ ਚੱਲ ਗਏ ਘਰ ਨੂੰ। ਤੁਹਾਡੇ ਕੀ ਲੱਗਦੇ? ਹਾਂਜੀ, ਸਾਡੇ ਗੁਆਂਢੀ ਸਾਡਾ ਘਰ ਆ ਲੱਗੇ, ਬਿਲਕੁਲ ਨੇੜੇ ਹੀ ਆ। ਤੇ ਫਿਰ ਇਹ ਆ ਪੱਠੇ ਤੇ ਜਿਹੜੇ ਨੇ ਬੰਦੇ ਇੱਥੇ ਇੱਟਾਂ ਉੱਟਾਂ ਪਾਉਂਦੇ, ਫਿਰ ਇਹਨਾਂ ਨੇ ਫੋਨ ਕੀਤਾ ਕਿ ਤੁਹਾਡੀ ਝੁੱਗੀ ਨੂੰ ਅੱਗ ਲੱਗ ਗਈ ਜੀ। ਇਹ ਤੋਂ ਹੀ ਕੰਮ ਚੱਲਦਾ ਘਰ ਦਾ ਇਹਨਾਂ ਦਾ ਗੁਜ਼ਾਰਾ ਜੀ। ਕੀ ਕੰਮ? ਕੀ ਕੰਮ ਇਹਨਾਂ ਦਾ? ਵੇਲਣੇ ਦਾ ਜਾਂ ਸੀਜ਼ਨ ਦਾ ਸੀਜ਼ਨ ਕੰਮ ਹੁੰਦਾ, ਹੁਣ ਗਰਮੀ ਗਰਮੀ ਬੰਦ ਰਹਿਣਾ, ਸਿਆਲ 'ਚ ਕੰਮ ਚੱਲਦਾ ਗੁੜ ਦਾ ਕੰਮ ਇਹਨਾਂ ਦਾ। ਹਾਂਜੀ, ਮੰਗ ਕਰ ਦੇ, ਮੰਗ ਇਹੀ ਹੋ ਵੀ ਅੱਜ ਇਹਨਾਂ ਨੇ ਲਾਈ ਅੱਗ, ਇਹਨਾਂ ਨੇ ਫੜੇ ਜਾਣ, ਕੰਪਲੀਟ ਕੀਤੀ।